ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੰਦ ਫਾਟਕਾਂ ਦੇ ਵਿਚਕਾਰ ਇੱਕ ਮਰੂਤੀ ਕਾਰ ਫਸੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਦੂਜੇ ਪਾਸੇ ਤੋਂ ਟ੍ਰੇਨ ਦੇ ਵੀ ਹਾਰਨ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਤਾਂ ਦੱਸ ਦਈਏ ਕਿ ਸਾਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਅਚਾਨਕ ਹੀ ਕਿਹਾ ਜਾ ਰਿਹਾ ਹੈ ਕਿ ਗੱਡੀ ਤੇਜ਼ ਰਫ਼ਤਾਰ 'ਤੇ ਸੀ, ਫਾਟਕ ਦੇ ਜਦੋਂ ਵਿੱਚੋਂ ਨਿਕਲੀ ਤਾਂ ਫਾਟਕ ਬੰਦ ਹੋ ਜਾਂਦਾ ਹੈ ਕਿਉਂਕਿ ਲਾਈਨਾਂ ਜ਼ਿਆਦਾ ਨੇ ਉਸਦੇ ਵਿੱਚ, ਤਾਂ ਕਰਕੇ ਗੱਡੀ ਉਸ ਫਾਟਕ ਦੇ ਵਿਚਕਾਰ ਹੀ ਫਸ ਗਈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਾਲ-ਵਾਲ ਦੋ ਨੌਜਵਾਨਾਂ ਦੀ ਜਾਨ ਬਚ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਹੇ ਪਾਸਿਓਂ ਫਾਟਕ ਬੰਦ ਹੈ ਅਤੇ ਇੱਕ ਸਫ਼ੇਦ ਰੰਗ ਦੀ ਮਾਰੂਤੀ ਕਾਰ ਉਸਦੇ ਅੰਦਰ ਫਸੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਦੂਜੇ ਪਾਸੇ ਤੋਂ ਇੱਕ ਟ੍ਰੇਨ ਦਾ ਇੰਜਨ ਆਉਂਦਾ ਵੀ ਸਾਫ਼ ਦਿਖਾਈ ਦੇ ਰਿਹਾ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਟ੍ਰੇਨ ਦਾ ਇੰਜਨ ਆਇਆ ਤਾਂ ਇਹਨਾਂ ਦੇ ਵੱਲੋਂ ਜੋ ਕਾਰ ਚਾਲਕ ਸੀ ਉਸਨੇ ਆਪਣੀ ਕਾਰ ਨੂੰ ਮੋੜ ਕੇ ਖੜਾ ਲਿਆ, ਜਿਸ ਤੋਂ ਬਾਅਦ ਉਹ ਟ੍ਰੇਨ ਕਰੋਸ ਹੁੰਦੀ ਹੈ। ਟ੍ਰੇਨ ਦੇ ਕਰੋਸ ਹੋਣ ਤੋਂ ਬਾਅਦ ਜਦੋਂ ਫਾਟਕ ਖੁੱਲ੍ਹਦਾ ਤਾਂ ਉਸ ਸਮੇਂ ਇਹ ਗੱਡੀ ਬਾਹਰ ਨਿਕਲ ਪਾਉਂਦੀ ਹੈ। ਅਤੇ ਹੁਣ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਬਰਨਾਲਾ ਤੋਂ ਸਾਹਮਣੇ ਆਈ ਹੈ। ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੰਦ ਫਾਟਕਾਂ ਦੇ ਵਿਚਕਾਰ ਇੱਕ ਮਰੂਤੀ ਕਾਰ ਫਸੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਦੂਜੇ ਪਾਸੇ ਤੋਂ ਟ੍ਰੇਨ ਦੇ ਵੀ ਹਾਰਨ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਤਾਂ ਦੱਸ ਦਈਏ ਕਿ ਸਾਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਅਚਾਨਕ ਹੀ ਕਿਹਾ ਜਾ ਰਿਹਾ ਹੈ ਕਿ ਗੱਡੀ ਤੇਜ਼ ਰਫ਼ਤਾਰ 'ਤੇ ਸੀ, ਫਾਟਕ ਦੇ ਜਦੋਂ ਵਿੱਚੋਂ ਨਿਕਲੀ ਤਾਂ ਫਾਟਕ ਬੰਦ ਹੋ ਜਾਂਦਾ ਹੈ ਕਿਉਂਕਿ ਲਾਈਨਾਂ ਜ਼ਿਆਦਾ ਨੇ ਉਸਦੇ ਵਿੱਚ, ਤਾਂ ਕਰਕੇ ਗੱਡੀ ਉਸ ਫਾਟਕ ਦੇ ਵਿਚਕਾਰ ਹੀ ਫਸ ਗਈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਾਲ-ਵਾਲ ਦੋ ਨੌਜਵਾਨਾਂ ਦੀ ਜਾਨ ਬਚ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਹੇ ਪਾਸਿਓਂ ਫਾਟਕ ਬੰਦ ਹੈ ਅਤੇ ਇੱਕ ਸਫ਼ੇਦ ਰੰਗ ਦੀ ਮਾਰੂਤੀ ਕਾਰ ਉਸਦੇ ਅੰਦਰ ਫਸੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਦੂਜੇ ਪਾਸੇ ਤੋਂ ਇੱਕ ਟ੍ਰੇਨ ਦਾ ਇੰਜਨ ਆਉਂਦਾ ਵੀ ਸਾਫ਼ ਦਿਖਾਈ ਦੇ ਰਿਹਾ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਟ੍ਰੇਨ ਦਾ ਇੰਜਨ ਆਇਆ ਤਾਂ ਇਹਨਾਂ ਦੇ ਵੱਲੋਂ ਜੋ ਕਾਰ ਚਾਲਕ ਸੀ ਉਸਨੇ ਆਪਣੀ ਕਾਰ ਨੂੰ ਮੋੜ ਕੇ ਖੜਾ ਲਿਆ, ਜਿਸ ਤੋਂ ਬਾਅਦ ਉਹ ਟ੍ਰੇਨ ਕਰੋਸ ਹੁੰਦੀ ਹੈ। ਟ੍ਰੇਨ ਦੇ ਕਰੋਸ ਹੋਣ ਤੋਂ ਬਾਅਦ ਜਦੋਂ ਫਾਟਕ ਖੁੱਲ੍ਹਦਾ ਤਾਂ ਉਸ ਸਮੇਂ ਇਹ ਗੱਡੀ ਬਾਹਰ ਨਿਕਲ ਪਾਉਂਦੀ ਹੈ। ਅਤੇ ਹੁਣ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਬਰਨਾਲਾ ਤੋਂ ਸਾਹਮਣੇ ਆਈ ਹੈ।